ਸਤਿ ਸ਼੍ਰੀ ਅਕਾਲ ਸਾਰਿਆਂ ਨੂੰ, ਮੇਰਾ ਨਾਮ ਹਰਪਿੰਦਰ ਕੌਰ ਹੈ ਅਤੇ ਮੈਂ ਸਨ ਸ਼ਹਿਰ ਰਹਿਣ ਵਾਲੀ ਹਾਂ। ਬੇਸਿਕਲੀ ਮੈਂ ਪਿਛਲੇ 14 ਸਾਲ ਤੋਂ ਐਜ ਆਰਟ ਦੇ ਨਾਲ ਜੁੜੀ ਹੋਈ ਹਾਂ। ਮੈਂ ਮਾਸਟਰਸ ਇਨ ਫਾਈਨ ਆਰਟ ਕਰ ਚੁੱਕੀ ਹਾਂ ਅਤੇ ਮੈਂ ਹੁਣ ਅੱਗੇ ਜਿਵੇਂ ਮਤਲਬ ਕਿ ਮਾਸਟਰਸ ਕਰਦੇ ਕਰਦੇ ਮੈਨੇ ਕਾਫੀ ਪੇਂਟਿੰਗਸ ਮੈਂ ਸ਼ੁਰੂਆਤ ਅੱਜ ਤੋਂ 14 ਸਾਲ ਪਹਿਲਾਂ ਕੀਤੀ ਸੀ। ਜਦੋਂ ਮੈਂ ਸ਼ੁਰੂਆਤ ਕੀਤੀ ਸੀ ਉਸ ਟਾਈਮ ਮਤਲਬ ਮੈਨੇ ਦੇਖਿਆ ਨਹੀਂ, ਮੈਨੂੰ ਖੁਦ ਨਹੀਂ ਪਤਾ ਸੀ ਮੈਂ ਇੱਕ ਆਰਟਿਸਟ ਬਣੂੰਗੀ। ਮੇਰੀ ਸ਼ੁਰੂਆਤ ਇੱਕ ਅਨੋਖੇ ਵੇ ਨਾਲ ਹੋਈ ਸੀ। ਮੈਂ ਕੁਛ ਛੋਟੇ ਛੋਟੇ ਬੱਚਿਆਂ ਨੂੰ ਜਿਹੜੇ ਅਨਾਥ ਸੀਗੇ ਮੈਂ ਉਹਨਾਂ ਨੂੰ ਪੜ੍ਹਾਉਣਾ ਚਾਹੁੰਦੀ ਸੀ। ਉਹਨਾਂ ਨੂੰ ਪੜ੍ਹਾਉਣ ਦੇ ਲਈ ਮੈਨੂੰ ਇਹ ਦੇਖਣਾ ਸੀ ਕਿ ਮੈਂ ਆਪ ਸੋਰਸ ਆਫ ਇਨਕਮ ਲੱਭਾਂ ਤਾਂ ਜੋ ਮੈਂ ਉਹਨਾਂ ਨੂੰ ਆਪਣੀ ਇਨਕਮ ਦੇ ਨਾਲ ਉਹਨੂੰ ਪੜ੍ਹਾ ਸਕਾਂ। ਉਹ ਪੜ੍ਹਾਉਣ ਦੇ ਲਈ ਮੈਨੇ ਇੱਕ ਰਸਤਾ ਲੱਭਿਆ ਜਿਹਦੇ ਵਿੱਚ ਮਤਲਬ ਮੇਰੇ ਨਾ ਸਕੂਲ ਦੇ ਵਿੱਚ ਬੀ ਐੱਡ ਦੇ ਟੀਚਰਸ ਸੀਗੇ। ਟੀਚਰਸ ਨੇ ਉਹਨਾਂ ਨੇ ਫਾਈਲਸ ਬਣਾਉਣੀਆਂ ਸੀ, ਜਦੋਂ ਮੈਂ ਫਾਈਲ ਬਣਾਉਣ ਲਈ ਕੁਛ ਪੇਮੈਂਟ ਮਿਲੀ ਤਾਂ ਮੈਂ ਖੁਸ਼ੀ ਹੋ ਕੇ ਮੈਨੂੰ ਲੱਗਿਆ ਵੀ ਮੈਨੂੰ ਰੱਬ ਨੇ ਰਸਤਾ ਦੇ ਤਾ। ਫਿਰ ਮੈਂ ਇਸ ਕਲਾ ਦੇ ਨਾਲ ਜੁੜਦੀ ਰਹੀ ਜੁੜਦੀ ਰਹੀ ਮੈਂ ਇੱਕ ਆਰਟ ਦੇ ਫੋਰਮ 'ਚ ਮੇਰਾ ਪਿਆਰ ਪੈ ਗਿਆ। ਜਿੱਥੇ ਕਿੱਦਾਂ ਤੁਸੀਂ ਹੁਣ ਪ੍ਰਦਰਸ਼ਨੀ ਲਾ ਰਹੇ ਹੋ, ਕਿੱਦਾਂ ਸੋਚਿਆ ਸਾਹਿਬਜ਼ਾਦਿਆਂ ਦੀਆਂ ਪ੍ਰਦਰਸ਼ਨੀ ਇਹਨਾਂ ਦੀਆਂ ਫੋਟੋਆਂ ਬਣਾਉਣ ਦਾ? ਸਰ ਮੈਂ ਪਿਛਲੇ ਜਦੋਂ ਮੈਂ ਉਰੇ ਆਉਂਦੀ ਸੀ, ਕਿਉਂਕਿ ਮੈਨੂੰ ਨਹੀਂ ਲੱਗਦਾ ਮੈਂ ਕੋਈ ਵੀ ਸ਼ਹਾਦਤ ਦਾ ਵੇਲਾ, ਮੈਂ ਛੋਟੇ ਹੁੰਦੇ ਤੋਂ ਮੇਰੇ ਪੇਰੈਂਟਸ ਅਸੀਂ ਆਉਂਦੇ ਹੁੰਦੇ ਸੀਗੇ ਤਾਂ ਉਰੇ ਬਹੁਤ ਜ਼ਿਆਦਾ ਸੰਗਤ ਦੇਖ ਕੇ ਮੈਨੂੰ ਐਵੇਂ ਲੱਗਦਾ ਸੀ ਵੀ ਇਹਨਾਂ ਨੂੰ ਪਤਾ ਨਹੀਂ ਵੀ ਅਸੀਂ ਕੀ ਕਰਨ ਆ ਰਹੇ ਹਾਂ, ਕਿ ਕੋਈ ਉਰੇ ਮੇਲਾ ਸਮਝ ਕੇ ਆ ਰਿਹਾ ਸੀ, ਕੋਈ ਝੁੰਟੇ ਵੀ ਸੁਣਦੇ ਸੀ ਸ਼ਾਇਦ ਪਹਿਲਾਂ। ਤਾਂ ਉਸ ਵੇਲੇ ਤਾਂ ਮੈਨੂੰ ਐਵੇਂ ਲੱਗਦਾ ਸੀ ਵੀ ਜਦ ਆਪਾਂ ਨੂੰ ਪਤਾ ਹੀ ਨਹੀਂ ਸਾਡੇ ਇਤਿਹਾਸ ਕੀ ਹੈ, ਅਸੀਂ ਕਿਉਂ ਉਰੇ ਆ ਰਹੇ ਹਾਂ। ਤਾਂ ਜਦੋਂ ਮੈਨੂੰ ਮਤਲਬ ਕਲਾ ਨਾਲ ਹੋਇਆ ਤਾਂ ਮੈਨੂੰ ਲੱਗਿਆ ਵੀ ਮੈਂ ਆਪਣੀ ਕਲਾ ਦੇ ਨਾਲ ਇਹ ਚੀਜ਼ ਦੱਸ ਸਕਦੀ ਹਾਂ, ਜ਼ਿਆਦਾ ਨਹੀਂ ਕੁਛ ਲੋਕਾਂ ਨੂੰ ਦੱਸ ਸਕਦੀ ਹਾਂ ਵੀ ਆਪਾਂ ਉਰੇ ਬਹੁਤ ਬਹੁਤ ਜ਼ਿਆਦਾ ਕੀਮਤੀ ਧਰਤੀ ਦੇ ਖੜ੍ਹੇ ਹਾਂ ਅਤੇ ਸਾਡਾ ਇਤਿਹਾਸ ਕਿੰਨਾ ਜ਼ਿਆਦਾ ਕੀਮਤੀ ਹੈ। ਅਤੇ ਉਹਦੇ ਕਰਕੇ ਫਿਰ ਮੈਂ ਕਲਾ ਐਗਜੀਬਿਸ਼ਨ ਲਗਾਉਣੀ ਸ਼ੁਰੂ ਕੀਤੀ ਅੱਜ ਤੋਂ 10 ਸਾਲ ਪਹਿਲਾਂ। ਆਹ 10ਵਾਂ ਸਾਲ ਹੈ ਮੇਰਾ। ਸਰ ਮੈਂ ਉਰੇ ਆ ਕੇ ਇੱਕ ਬਹੁਤ ਜ਼ਿਆਦਾ ਅਨੋਖੀ ਚੀਜ਼ ਦੇਖੀ, ਉਹ ਇਹ ਸੀਗੀ ਜਦੋਂ ਉਰੇ ਛੋਟੇ ਛੋਟੇ ਬੱਚੇ ਆਏ, ਨੋ ਡਾਊਟ ਕਲਰਸ ਐਵੇਂ ਜਿਹੇ ਹੁੰਦੇ ਨੇ ਜੋ ਪ੍ਰਭਾਵਿਤ ਕਰਦੇ ਨੇ, ਖਿੱਚ ਕੇ ਲਿਆਉਂਦੇ ਮਾਪਿਆਂ ਨੂੰ, ਹੈ ਨਾ। ਜਦੋਂ ਬੱਚੇ ਮਾਪਿਆਂ ਨੂੰ ਅੰਸ ਪੁੱਛਦੇ ਨੇ ਵੀ ਆਹ ਕੌਣ ਹੈ, ਤਾਂ ਕਿੱਥੇ ਕਿੱਥੇ ਉਹਨਾਂ ਦੀ ਰੂਹ ਕੰਬਦੀ ਹੈ ਅਤੇ ਉਹ ਆਪ ਦੱਸਣ 'ਚ ਮਜਬੂਰ ਹੋ ਜਾਂਦੇ ਆ। ਤਾਂ ਮੈਨੂੰ ਲੱਗਦਾ ਜ਼ਿਆਦਾ ਨਹੀਂ ਤਾਂ ਥੋੜ੍ਹਾ ਥੋੜ੍ਹਾ ਮੈਂ ਇਸ ਕੰਮ ਦੇ ਵਿੱਚ ਥੋੜ੍ਹੀ ਥੋੜ੍ਹੀ ਵਾਹਿਗੁਰੂ ਦੀ ਮੇਰੇ ਨਾਲ ਮੇਰੀ ਸਫਲਤਾ ਹੋ ਰਹੀ ਹੈ। ਤੁਸੀਂ ਅੱਗੇ ਕਿੰਨੇ ਕੁ ਹੋਰ ਲੋਕਾਂ ਨੂੰ ਇਹਦੇ ਬੱਚਿਆਂ ਨੂੰ ਸਟੂਡੈਂਟ ਨੂੰ ਜਾਣਕਾਰੀ ਦਿੱਤੀ ਹੈ? ਸਰ ਮੈਂ ਨੀਅਰ ਮੇਰੇ ਨਾਲ ਇਸ ਟਾਈਮ 5000 ਬੱਚੇ ਜੁੜੇ ਹੋਏ ਨੇ ਜਿਹੜੇ ਵੱਖ ਵੱਖ ਦੇਸ਼ਾਂ ਤੋਂ ਵੀ ਆ, ਪੂਨੇ ਹੋਰ ਮੈਂ ਦੁਬਈ ਵਗੈਰਾ ਕੈਨੇਡਾ ਤੋਂ ਕਾਫੀ ਸਟੂਡੈਂਟ ਜੁੜੇ ਹੋਏ ਆ ਜੋ ਇਨਡਾਇਰੈਕਟਲੀ ਡਾਇਰੈਕਟਲੀ ਮੇਰੇ ਨਾਲ ਹੈਲਪ ਕਰ ਰਹੇ। ਈਵਨ ਮੈਂ ਜੇ ਇਸ ਐਗਜੀਬਿਸ਼ਨ ਦੀ ਵੀ ਗੱਲ ਕਰਾਂ ਤਾਂ ਬਹੁਤ ਸਾਰੇ ਐਵੇਂ ਜਿਹੇ ਬੱਚੇ ਮੇਰੇ ਨਾਲ ਜੁੜੇ ਹੋਏ ਆ ਜੋ ਸਿੱਧਾ ਨਹੀਂ ਪਰ ਉਹਨਾਂ ਦਾ ਬੈਕ ਬਹੁਤ ਸਪੋਰਟ ਹੈ। ਫਿਰ ਕਿਹਾ ਜਾਂਦਾ ਨਾ ਵੀ ਇਕੱਲਾ ਇਨਸਾਨ ਕੁਛ ਨਹੀਂ ਕਰ ਸਕਦਾ, ਤਾਂ ਕਿਤੇ ਨਾ ਕਿਤੇ ਮੇਰੇ ਪੇਰੈਂਟਸ, ਮੇਰੇ ਫੈਮਿਲੀ ਜਾਂ ਫਿਰ ਮੇਰੇ ਬੱਚੇ, ਮੇਰੇ ਜਿਹੜੇ ਸਟੂਡੈਂਟਸ ਹੈ ਉਹਨਾਂ ਦੀ ਇੰਨੀ ਸਪੋਰਟ ਹੈ ਕਿ ਮੈਂ ਆਪ ਅੱਗੇ ਆਉਣ ਦੀ ਮਜਬੂਰ ਹੋ ਜਾਂਦੀ। ਕਿੰਨੇ ਦਿਨ ਦੀ ਇੱਥੇ ਐਗਜੀਬਿਸ਼ਨ ਤੁਸੀਂ ਲਾਉਂਦੇ ਹੋ, ਕਿੰਨੇ ਕੁ ਲੋਕ ਦੇਖਦੇ ਨੇ, ਤੁਸੀਂ ਜ਼ਿਆਦਾ ਸੇਲ ਕਰਦੇ ਹੋ ਜਾਂ ਤੁਸੀਂ ਫ੍ਰੀ ਆਫ ਕੋਸਟ ਲੋਕਾਂ ਨੂੰ ਦੱਸਦੇ? ਬੇਸਿਕਲੀ ਸਰ ਉਰੇ ਮੈਂ ਜਿਵੇਂ ਨੋਟਿਸ ਕਰਦੀ ਹਾਂ ਉਰੇ ਨਾ ਕਰਦੇ 2 ਲੱਖ ਲੋਕ ਉਰੇ ਵਿਜ਼ਿਟ ਕਰ ਜਾਂਦੇ ਨੇ ਅਤੇ ਜਦੋਂ ਦੇਖਦੇ ਨੇ ਤਾਂ ਉਹ ਸੇਲਿੰਗ ਲਈ ਮੈਨੂੰ ਕਹਿੰਦੇ ਨੇ, ਤਾਂ ਕਈ ਬਹੁਤ ਪ੍ਰਭਾਵਿਤ ਹੋ ਕੇ ਲੈਂਦੇ ਵੀ ਨੇ। ਅਤੇ ਪਰ ਫਿਰ ਵੀ ਜਦੋਂ ਐਗਜੀਬਿਸ਼ਨ ਦੀ ਮੈਂ ਗੱਲ ਕਰਾਂ ਤਾਂ ਉਰੇ ਇਹ ਐਗਜੀਬਿਸ਼ਨ ਐਜ਼ ਅ ਐਗਜੀਬਿਸ਼ਨ ਬਹੁਤ ਜ਼ਿਆਦਾ ਅੱਛਾ ਵਰਕ ਹੋ ਰਿਹਾ, ਕਿਉਂਕਿ ਮੈਨੂੰ ਜਿਵੇਂ ਪੁਸ਼ਅਪ ਮਿਲਦਾ, ਲੋਕਾਂ ਦਾ ਆ ਕੇ ਸਮਝਾਅ ਵੀ ਮਿਲਦਾ, ਉਹ ਮੈਨੂੰ ਦੱਸਦੇ ਨੇ ਵੀ ਐਵੇਂ ਨਹੀਂ ਐਵੇਂ ਹੋਣਾ ਚਾਹੀਦਾ, ਤਾਂ ਉਹ ਕਿੱਦਾਂ ਕਿਤੇ ਉਹ ਹਰ ਦਿਨ ਪਰ ਦਿਨ ਉਹ ਬੈਟਰ ਹੁੰਦੀ ਜਾ ਰਹੀ ਹੈ। 5000 ਲੋਕਾਂ ਨੇ ਜਿਹੜੇ ਉਹ ਕਿੱਦਾਂ ਜੁੜੇ ਹੋਏ?
ਸਰ ਉਹ ਸਟੂਡੈਂਟਸ ਕੋਈ ਔਨਲਾਈਨ ਜੁੜਿਆ ਹੋਇਆ, ਕੋਈ ਬਹੁਤ ਸਾਰੀ ਸੰਗਤ ਤਾਂ ਉਰੇ ਵੀ ਜੁੜਦੀ ਹੈ, ਕਿਉਂਕਿ ਜਿਵੇਂ ਆਪਾਂ ਕਿਹਾ ਜਾਂਦਾ ਵੀ ਕਲਾ ਨੂੰ ਲੋਕ ਇੰਨਾ ਜ਼ਿਆਦਾ ਇੰਪੋਰਟੈਂਸ ਨਹੀਂ ਦਿੰਦੇ, ਜਦੋਂ ਉਹਨੇ ਕਲਾ ਦੇਖਦੇ ਨੇ ਉਹ ਕਿੱਥਿਆਂ ਕਿੱਥੇ ਸੋਚਦੇ ਨੇ ਵੀ ਇਹ ਵੀ ਕਲਾ ਹੈ, ਕਿਉਂਕਿ ਜਦੋਂ ਮੈਂ ਸਟਾਰਟਿੰਗ ਕੀਤੀ ਸੀ ਮੈਨੂੰ ਰੀਅਲੀ ਇੱਕ ਕਲਾ ਕੀ ਹੁੰਦੀ ਮੈਨੂੰ ਨਹੀਂ ਪਤਾ ਸੀ। ਕਦੋਂ ਬਣਾਉਂਦੇ ਹੋ ਤੁਸੀਂ, ਕਿੱਦਾਂ ਟਾਈਮ ਕੱਢਦੇ ਹੋ, ਹੋਰ ਪੜ੍ਹਦੇ ਹੋ ਜਾਂ ਸਾਰਾ ਦਿਨ ਕਿੱਦਾਂ ਕਰਦੇ ਹੋ ਟਾਈਮ ਬਣਾਉਣ ਨੂੰ ਤੁਸੀਂ ਕਲਾ? ਸਰ ਮੈਂ ਜਿਵੇਂ ਮੈਂ ਐਜ਼ ਮਾਸਟਰਸ ਇਨ ਫਾਈਨ ਆਰਟ ਕੀਤੀ ਹੈ ਤਾਂ ਮੈਂ ਕਿਤੇ ਨਾ ਕਿਤੇ ਸਾਰੇ ਪਾਸੇ ਇੱਕ ਕਲਾ ਦੇ ਨਾਲ ਹੀ ਜੁੜੀ ਹੋਈ ਹਾਂ, ਪਰ ਜਿਹੜੀ ਸ਼ਹਾਦਤ ਵੇਲੇ ਦੀ ਮੇਰੀ ਆਹ ਹੁੰਦੀ ਮੈਂ ਪੜ੍ਹ ਕੇ, ਕਿਉਂਕਿ ਮੈਨੂੰ ਇਹ ਹੁੰਦਾ ਵੀ ਹਰ ਸਾਲ ਕੁਛ ਵੱਖਰਾ ਇਤਿਹਾਸ ਦਾ ਪੁਆਇੰਟ ਲੈ ਕੇ ਆਵਾਂ ਤਾਂ ਜੋ ਸੰਗਤ ਨੂੰ ਇਹ ਵੀ ਪਤਾ ਲੱਗੇ ਵੀ ਆਹ ਕੁਛ ਚੀਜ਼ਾਂ ਜਿਹੜੀ ਬਿਲਕੁਲ ਹਿਡਨ ਹੈ। ਨੋ ਡਾਊਟ, ਚਲੋ ਕੁਛ ਉਰੇ ਛੋਟੇ ਸਾਹਿਬਜ਼ਾਦਿਆਂ ਦਾ ਕਿਵੇਂ ਹੈ ਕੁਛ ਨਾ ਕੁਛ ਲੋਕਾਂ ਨੂੰ ਪਤਾ ਲੱਗ ਗਿਆ, ਕਿਉਂਕਿ ਉਰੇ ਸੰਗਤ ਇੰਨੀ ਜ਼ਿਆਦਾ ਲੈਵਲ 'ਤੇ ਆਉਂਦੀ ਹੈ, ਪਰ ਜੇ ਅਸੀਂ ਗੱਲ ਕਰੀਏ ਹੋਰ ਬਹੁਤ ਛੋਟੀ ਛੋਟੀ ਚੀਜ਼ਾਂ ਜਿਹੜੀ ਇੱਕ ਮਾਨਵਤਾ ਨੂੰ ਪ੍ਰਤੀਕ ਕਰਦੀ ਹੈ ਸਾਡੇ ਸਿੱਖ ਇਤਿਹਾਸ 'ਚ ਲੁਕਦੀਆਂ ਜਾ ਰਹੀਆਂ ਨੇ, ਤਾਂ ਉਹ ਕਿੱਥੇ ਕਿੱਥੇ ਮੈਂ ਪੜ੍ਹ ਕੇ ਉਹਨਾਂ ਨੂੰ ਬਣਾਉਣ ਦੀ ਕੋਸ਼ਿਸ਼ ਕਰਦੀ ਹਾਂ। ਕਈਆਂ ਨੂੰ ਸਾਲ ਵੀ ਲੱਗਦਾ, ਕਈਆਂ ਨੂੰ ਕੁਛ ਟਾਈਮ ਦੇ ਵਿੱਚ ਵੀ ਮੈਂ ਕੰਪਲੀਟ ਕਰਦੀ ਹਾਂ, ਅਤੇ ਉਹ ਬਸ ਥੋੜ੍ਹਾ ਜਿਹਾ ਮੇਰੇ ਸਪੈਸ਼ਲ ਟਾਈਮ ਮੇਰੇ ਦਿਲੋਂ ਆਪਣੇ ਵੱਲੋਂ ਹੁੰਦਾ ਕਿ ਮੈਂ ਇਹਨੂੰ ਤਿਆਰ ਕਰਨਾ, ਤਾਂ ਟਾਈਮ ਨੂੰ ਐਡਜਸਟ ਕਰਕੇ ਮੈਂ ਕਰਦਾ। ਸਰ ਜਿਵੇਂ ਮਤਲਬ ਇਹ ਚੀਜ਼ ਤਾਂ ਮੈਨੂੰ ਐਵੇਂ ਪਰਸਨਲੀ ਐਵੇਂ ਲੱਗਦੀ ਵੀ ਜਦੋਂ ਆਪਾਂ ਪੱਥਰ ਨੂੰ ਵੀ ਹਲਕਾ ਹਲਕਾ ਮਾਰਦੇ ਨਾ ਅਤੇ ਕੁਛ ਟਾਈਮ ਨਹੀਂ ਅਸਰ ਹੁੰਦਾ, ਪਰ ਇੱਕ ਪੁਆਇੰਟ ਐਵੇਂ ਆ ਜਾਂਦਾ ਵੀ ਉਹ ਵੀ ਮੂਰਤੀ ਦਾ ਰੂਪ ਲੈ ਜਾਂਦੀ ਹੈ, ਤਾਂ ਫਿਰ ਅਸੀਂ ਇਨਸਾਨ ਹਾਂ, ਜ਼ਿਆਦਾ ਨਹੀਂ ਤਾਂ ਥੋੜ੍ਹਾ ਥੋੜ੍ਹਾ ਕਰਦੇ ਕਰਦੇ ਕੁਛ ਤਾਂ ਅਸਰ ਪਊਗਾ। ਮੈਂ ਇਸ ਗੱਲ ਤੋਂ ਸ਼ਿਓਰ ਹਾਂ ਵੀ ਥੋੜ੍ਹਾ ਥੋੜ੍ਹਾ ਜਿਵੇਂ ਜਿਵੇਂ ਕਰਦਾ ਹੋਊਗਾ ਤਾਂ ਕੁਛ ਨਾ ਕੁਛ ਅਸਰ ਹੋਊਗਾ। ਜੇ ਅੱਜ ਇੱਕ ਇਨਸਾਨ ਦੇਖ ਰਿਹਾ ਤਾਂ ਕੱਲ੍ਹ ਨੂੰ ਘਰ ਜਾ ਕੇ ਦੋ ਉਹਨਾਂ ਨੂੰ ਦੱਸੂਗਾ ਵੀ ਹਾਂ ਮੈਂ ਉੱਥੇ ਆਹ ਚੀਜ਼ ਦੇਖੀ ਸੀ, ਤਾਂ ਮੈਂ ਉਸ ਵਿੱਚ ਸਫਲਤਾ ਹੋਊਂਗੀ। ਜਦੋਂ ਥੋੜ੍ਹਾ ਥੋੜ੍ਹਾ ਜਾਂਦਾ ਰਿਹਾ ਨਾ ਤਾਂ ਅੱਗੇ ਜੋ ਵਾਹਿਗੁਰੂ ਦਾ ਮਨਜ਼ੂਰ ਹੋਵੇ ਉਹ ਆਪਣੇ ਆਪ ਦੇਖ ਲੈਣ।